आनंद पेश कर देने। ਖੰਡ ਮਿਸਰੀ ਸਹਿਤ ਤੋਂ ਮਿੱਠੀ ਹੈ ਮਾਂ ਮਨੁੱਖ ਦੀ, ਪੂਰੀਆਂ ਕਰਦੀ ਹੈ ਬੱਚੇ ਦੀਆਂ ਆਸਾਂ, ਡਾਹਣੀ ਜਿਉਂ ਕਲਪ ਰੁੱਖ ਦੀ। ਭੇਟਾ ਕਰਦਾ ਹਾਂ ਤੇਰੇ ਚਰਨਾਂ ਵਿੱਚ ਖਿੜੇ ਅੱਧ ਖਿੜੇ ਖਿਆਲਾਂ ਦੇ ਫੁੱਲ, ਦੇ ਸਕਦਾ ਨਹੀਂ ਅਮੀਏ ਤੇਰੇ ਪਾਲਣ ਦਾ ਮੁੱਲ। ਅੱਜ ਮੈਂ ਉਸ ਮਹਾਨ ਧਰਮ ਦੀ ਗੱਲ ਕਰ ਰਿਹਾ, ਜਿਹੜੇ ਧਰਮ ਤੋਂ ਅਸੀਂ ਹਜ਼ਾਰਾਂ ਕੋ ਦੂਰ ਚਲੇ ਗਏ ਹਾਂ, ਜਿਹੜੇ ਧਰਮ ਨੂੰ ਅਸੀਂ ਮੰਨਣ ਨੂੰ ਬਿਲਕੁਲ ਨਹੀਂ ਤਿਆਰ ਹਾਂ, ਜਿਹੜੇ ਧਰਮ ਨੂੰ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ ਮੰਨਣ ਦੇ ਬਾਅਦ, ਉਹ ਧਰਮ ਹੈ ਮਾਂ ਤੇ ਪਿਓ। ਅੱਜ ਅਸੀਂ ਇਸ ਧਰਮ ਨੂੰ ਮੰਨ ਨਹੀਂ ਰਹੇ, ਹੋਰ ਧਰਮਾਂ ਨੂੰ ਬਹੁਤ ਮੰਨ ਰਹੇ ਹਾਂ, ਹੋਰ ਧਰਮਾਂ ਦੇ ਵਿੱਚ ਬੜੀ ਸੇਵਾ ਕਰਦੇ ਹਾਂ, ਲੰਗਰਾਂ ਦੇ ਵਿੱਚ ਬੜੀ ਸੇਵਾ ਕਰਦੇ ਹਾਂ, ਹਜ਼ਾਰਾਂ ਬੰਦਿਆਂ ਦੀ ਗਿਣਤੀ ਦੇ ਵਿੱਚ ਲੰਗਰ ਤਿਆਰ ਕਰਕੇ ਲੰਗਰ ਛਕਾ ਦਿੰਦੇ ਹਾਂ। ਬੜੀ ਦੁੱਖ ਦੀ ਗੱਲ ਹੈ, ਘਰ ਵਿੱਚ ਬੈਠੇ ਦੇਵਤਿਆਂ ਵਰਗੇ ਮਾਂ ਅਤੇ ਪਿਓ ਉਹਨਾਂ ਨੂੰ ਰੋਟੀ ਗਰਮ ਕਰਕੇ ਨਹੀਂ ਖਵਾ ਸਕਦੇ। ਬੜੀ ਦੁੱਖ ਦੀ ਗੱਲ ਹੈ, ਅੱਜ ਤੁਹਾਡੀ ਸੇਵਾ ਦੇ ਵਿੱਚ ਮਾਂ ਅਤੇ ਪਿਓ ਦੀ ਕਹਾਣੀ ਕਹਿਣ ਜਾ ਰਿਹਾ ਗਾ। ਲਿਖਿਆ, ਜ਼ੁਲਮ ਬੁੱਢੀਆਂ ਮਾਵਾਂ ਤੇ ਹੋਣ ਲੱਗੇ, ਦੁੱਖ ਵੇਖੀਆਂ ਅੱਖਾਂ ਨਾਲ ਜਰਦੀਆਂ ਮੈਂ, ਉਹ ਜਿਹੜੇ ਢਿੱਡਾਂ ਦੇ ਵਿੱਚੋਂ ਪੁੱਤ ਪੈਦਾ ਕੀਤੇ, ਢਿੱਡੋਂ ਭੁੱਖੀਆਂ ਵੇਖੀਆਂ ਮਰਦੀਆਂ ਮੈਂ, ਜਿਹੜੇ ਢਿੱਡਾਂ ਦੇ ਵਿੱਚੋਂ ਪੁੱਤ ਪੈਦਾ ਕੀਤੇ, ਢਿੱਡੋਂ ਭੁੱਖੀਆਂ ਵੇਖੀਆਂ ਮਰਦੀਆਂ ਮੈਂ, ਦੇ ਦਿਓ ਪੁੱਤਾਂ ਰੋਟੀ ਵੇ ਮੈਨੂੰ ਚੰਦਰੀ ਨੂੰ, ਦੇ ਦਿਓ ਪੁੱਤਾਂ ਰੋਟੀ ਵੇ ਮੈਨੂੰ ਚੰਦਰੀ ਨੂੰ, ਤਰਲੇ ਮਿੰਟਾਂ ਉਹ ਵੇਖੀਆਂ ਕਰਦੀਆਂ ਮੈਂ, ਨਾ ਬੋਲ ਸਕਦੀ ਨਾ ਕੁਝ ਕਰ ਸਕਦੀ, ਨਾ ਬੋਲ ਸਕਦੀ ਨਾ ਕੁਝ ਕਰ ਸਕਦੀ, ਉਹ ਘੁੱਟ ਸਬਰਾਂ ਦੀ ਵੇਖੀਆਂ ਭਰਦੀਆਂ ਮੈਂ, ਧੀਆਂ ਤੋਰ ਦਿੱਤੀਆਂ ਨੂੰਹਾਂ ਵਿਆਹ ਲਿਆਈ, ਪੁੱਤਾਂ ਨੂੰ ਵਿਆਹ ਲਿਆ ਕਿ ਨਾ ਘਰ ਵਿੱਚ ਲੈ ਆਈ, ਧੀਆਂ ਤੋਰ ਦਿੱਤੀਆਂ ਨੂੰਹਾਂ ਵਿਆਹ ਲਿਆਈ, ਉਹ ਬਾਜੀ ਜਿੱਤ ਕੇ ਵੇਖੀਆਂ ਹਰਦੀਆਂ ਮੈਂ, ਬਰੇਟਿਆਂ ਵਾਲਿਆ ਹੋਏ ਮਾਂ ਦੇ ਚਾਰ ਪੰਜ ਨੂੰਹਾਂ ਕਦੇ ਸੇਵਾ ਨਾ ਵੇਖੀਆਂ ਕਰਦੀਆਂ ਮੈਂ, ਸੰਗੋ ਬੇਬੇ ਨਾਲ ਵੇਖੀਆਂ ਲੜਦੀਆਂ ਮੈਂ, ਚੁਗਲੀ ਬੇਬੇ ਦੀ ਵੇਖੀਆਂ ਕਰਦੀਆਂ ਮੈਂ, ਕਹਿੰਦੀਆਂ ਬੁੜੀ ਦੇ ਕੱਪੜੇ ਨਹੀਂ ਧੋਣੇ, ਇੱਕ ਪਾਸੇ ਵੇਖੀਆਂ ਧਰਦੀਆਂ ਮੈਂ, ਮਾਂ ਦੇ ਕੱਪੜੇ ਕੱਢ ਕੇ ਬਾਹਰ ਰੱਖ ਦਿੰਦੀਆਂ, ਕਹਿੰਦੀ ਆਪੇ ਧੋ ਲਓ ਉਹਦੇ ਕਿ ਟੁੱਟੇ ਹੈ, ਇਹ ਕਹਿੰਦੀਆਂ ਨੇ ਗੀਆਂ ਮਾਂ ਵਾਲੇ। ਅੱਜ ਮੈਂ ਮਾਂ ਅਤੇ ਪਿਓ ਦੀ ਕਹਾਣੀ ਕਹਿ ਰਿਹਾ, ਅੱਜ ਅਸੀਂ ਭੁੱਲ ਗਏ ਹਾਂ ਇਨਸਾਨੀਅਤ ਨੂੰ, ਅੱਜ ਅਸੀਂ ਭੁੱਲ ਗਏ ਹਾਂ ਆਪਣੇ ਜੋ ਕਿ ਅਸੀਂ ਕਰਮ ਕਰਨੇ ਆ ਦੁਨੀਆਂ ਦੇ ਉੱਤੇ। ਪਹਿਲਾ ਸਭ ਤੋਂ ਵੱਡਾ ਧਰਮ ਹੈ ਮਾਂ ਅਤੇ ਪਿਓ ਦੀ ਸੇਵਾ ਕਰਨੀ, ਅੱਜ ਉਹ ਕਹਾਣੀ ਤੁਹਾਡੀ ਸੇਵਾ 'ਚ ਕਹਿ ਰਿਹਾ ਗਾ। ਕਹਿੰਦੇ ਹੈ ਮਾਂ ਬੋਹੜ ਦੀ ਛਾਂ, ਅੱਜ ਉਹ ਮਾਂ
ਕੱਖਾਂ ਵਾਂਗੂ ਰੁੜਦੀ ਫਿਰਦੀ ਹੈ। ਕੋਈ ਧੀਆਂ ਕੋਲੇ ਰੁੜ ਰਹੀ ਹੈ, ਉਹ ਕੋਈ ਪੁੱਤਰਾਂ ਕੋਲੇ ਰੁੜਦੀ ਹੈ। ਅੱਜ ਉਹ ਮਾਂ ਰੁੜਦੀ ਫਿਰਦੀ ਹੈ ਕੱਖਾਂ ਦੇ ਵਾਂਗੂ, ਜਿਹਨੂੰ ਬੋਹੜ ਦੀ ਛਾਂ ਕਹਿਣ ਵਾਲੇ ਹੈ, ਜਿਹਨੂੰ ਰੱਬ ਦਾ ਨਾਂ ਕਹਿਣ ਵਾਲੇ ਹੈ, ਅੱਜ ਉਹ ਮਾਂ ਰੁੜਦੀ ਫਿਰਦੀ ਹੈ। ਲੋ ਗੱਲ ਕਹਿਣ ਲੱਗਿਆ, ਜਿਹਨੂੰ ਕਹਿੰਦੇ ਨੇ ਬੋਹੜ ਦੀ ਛਾਂ, ਉਹ ਟੁੱਟੇ ਹੋਏ ਪੱਤਿਆਂ ਦੇ ਵਾਂਗ ਰੁੜਦੀ, ਵੇਖੀ ਮਾਂ ਧਿਆਨ ਦੇਣਾ।
ਜਦੋਂ ਬਿਰਧ ਸਰੀਰ ਹੋ ਜਾਂਦਾ ਹੈ ਫਿਰ ਹਜ਼ਾਰਾਂ ਦੁੱਖ ਚਿੰਬੜ ਜਾਂਦੇ ਆ ਬਜ਼ੁਰਗਾਂ ਨੂੰ ਆ ਕੇ। ਕਦੇ ਗੋਡੇ ਦੁੱਖਣ ਲੱਗ ਗਏ, ਕਦੇ ਲੱਤਾਂ ਦੁੱਖਣ ਲੱਗ ਗਈਆਂ, ਕਦੇ ਢੋਏ ਦੁੱਖਣ ਲੱਗ ਗਈ, ਕਦੇ ਬੁਖਾਰ ਚੜ ਗਿਆ, ਕਹਿੰਦੇ ਵੀ ਹਜ਼ਾਰ ਦੁੱਖ ਖੜਾ ਹੋ ਜਾਂਦਾ। ਫਿਰ ਸਾਡੇ ਲੋਕ ਪਤਾ ਕੀ ਸੇਵਾ ਕਰਦੇ ਆ? ਆ ਸਾਡੇ ਰਾਮਪੁਰੇ ਦੇ ਵਿੱਚ 5 ਰੁਪਿਆਂ ਦਾ ਪੱਤਾ ਵਿਕਦਾ ਫਿਰਦਾ, ਗੋਲੀਆਂ ਦਾ 20 ਗੋਲੀਆਂ ਆਉਂਦੀਆਂ 5 ਰੁਪਈਆਂ ਦੀਆਂ, ਉਹ ਲੈ ਜਾਂਦੇ ਆ। ਫਿਰ ਜਦੋਂ ਬੇਬੇ ਕਹਿੰਦੀ ਆ ਹਾਏ ਬੂ, ਤੇ ਫਿਰ ਕਹਿੰਦੇ ਆ ਕਿਉਂ ਭੌਂਕੀ ਜਾਂਦੀ ਆ, ਲੈ ਫੜ ਗੋਲੀ ਖਾ ਲੈ। ਫਿਰ ਉਹਨੂੰ ਕੱਢ ਕੇ ਉਹ ਗੋਲੀ ਦੇ ਦਿੰਦੇ ਆ। ਵੇਖ ਲਓ ਮਾਂ ਦੀ ਸੇਵਾ ਕਰਦੇ ਆ, ਮਾਂ ਗੋਲੀ ਖਾ ਕੇ ਪੈ ਜਾਂਦੀ ਹੈ, ਸਾਡੇ ਲੋਕ ਸੇਵਾ ਕਰਦੇ ਆ। ਜਦੋਂ ਜਮਾ ਨੱਕੋ ਨੱਕ ਹਾਰ ਜਾਂਦੀ ਹੈ ਤੇ ਫਿਰ ਡਰਦੇ ਕਿ ਨਾ, ਫਿਰ ਡਰਦੇ ਚੱਕਦੇ ਆ। ਕਈ ਤਾਂ ਸੋਚਦੇ ਆ ਵੀ ਜੇ ਨਾ ਚੱਕਿਆ ਤਾਂ ਪਿੰਡ ਵਾਲੇ ਇਹ ਕਹਿਣਗੇ ਕਿ ਬੁੜੀ ਅੰਦਰ ਪਈ, ਮਾਰਦੀ ਇਲਾਜ ਨਹੀਂ ਕਰਾਇਆ। ਉਹ ਕਈ ਭੈਣਾਂ ਤੋਂ ਡਰਦੇ ਚੱਕਦੇ ਆ ਕਿ ਜੇ ਨਾ ਚੱਕੀ ਤਾਂ ਭੈਣਾਂ ਇਹ ਕਹਿਣਗੇ ਆ ਮਾਂ ਦਾ ਇਲਾਜ ਨਹੀਂ ਕਰਾਇਆ, ਅੰਦਰ ਪਾ ਕੇ ਮਾਰਤੀ ਤੇ ਜ਼ਮੀਨਾਂ ਰੋਕ ਲਈਆਂ। ਫਿਰ ਪਤਾ ਕੀ ਕਰਦੇ ਆ, ਕਰਾ ਕੇ ਟੈਂਪੂ ਨਾ ਫਿਟ ਫਿਟੀਆ ਫਿਰ ਰਾਮਪੁਰੇ ਲੈ ਜਾਂਦੇ ਆ, ਅੱਡੇ ਉੱਤੋਂ ਦੀ ਗੇੜਾ ਦਵਾ ਲੈਂਦੇ ਆ ਬੇਬੇ ਨੂੰ ਜਾ ਕੇ। ਫਿਰ ਐਂ ਵੇਖਦੇ ਆ ਵੀ ਡਾਕਟਰ ਕਿਹੜਾ ਵੇਖੀਏ, ਵੀ ਜਿਹੜਾ ਸਸਤਾ ਡਾਕਟਰ ਉਹਦੇ ਕੋਲੋਂ ਇਲਾਜ ਕਰਾਈਏ, ਵੀ ਹਸਪਤਾਲ ਵਿੱਚ ਵਧੀਆ ਬਣ ਕੇ ਡਾਕਟਰੀ ਹੁੰਦੀ ਹੈ। ਤਾਂ ਫਿਰ ਕੀ ਹੁੰਦਾ, ਜਦੋਂ ਡਾਕਟਰ ਨੂੰ ਜਾ ਕੇ ਵਿਖਾਉਂਦੇ ਆ, ਡਾਕਟਰ ਫਿਰ ਨਬਜ਼ ਵੇਖਣ ਤੋਂ ਪਹਿਲਾਂ ਹੀ ਕਹਿ ਦਿੰਦਾ ਵੀ ਲੈ ਜਾਓ ਘਰ ਨੂੰ, ਇਹਦੇ ਵਿੱਚ ਕੁਛ ਨਹੀਂ ਹੈ, ਇਹਦੀ ਸੇਵਾ ਕਰ ਲਓ। ਫਿਰ ਬੜੇ ਚਾਅ ਨਾਲ ਕਹਿੰਦੇ ਫਿਰਦੇ ਆ। ਹੁਣ ਡਾਕਟਰ ਕਹਿੰਦਾ ਸੇਵਾ ਕਰ ਲਓ ਬੇਬੇ ਦੀ, ਹੁਣ ਤਾਂ ਡਾਕਟਰ ਕਹਿੰਦਾ ਸੇਵਾ ਕਰ ਲਓ, ਲੈ ਵੀ ਤੈਨੂੰ ਨਹੀਂ ਪਤਾ ਵੀ ਬੇਬੇ ਦੀ ਸੇਵਾ ਕਰਨੀ ਹੈ, ਡਾਕਟਰ ਕਹਿੰਦਾ ਬੇਬੇ ਦੀ ਸੇਵਾ ਕਰ ਲਓ, ਮੈਂ ਤਾਂ ਹਜੇ ਵੀ ਨਹੀਂ ਕਹਿੰਦਾ ਵੀ ਬੇਬੇ ਦੀ ਸੇਵਾ ਕਰ ਲਓ। ਫਿਰ ਘਰ ਵਿੱਚ ਲੈ ਆਉਂਦੇ ਆ, ਫਿਰ ਹੋ ਜਾਂਦੀਆਂ ਧੀਆਂ ਭੈਣਾਂ ਇਕੱਠੀਆਂ, ਮਾਵਾਂ ਗਵਾਂਢ ਨਾਲ ਇਕੱਠੀਆਂ ਹੋ ਜਾਂਦੀਆਂ, ਫਿਰ ਸੇਵਾ ਕਰਦੇ ਆ। ਉਹ ਚੰਗਾ ਵੱਡਾ ਜੱਗ ਭਰ ਲੈਂਦੇ ਆ ਪਾਣੀ ਦਾ, ਤੇ ਵੱਡਾ ਚਾਰਾ ਰੱਖ ਲੈਂਦੇ ਆ ਚਮਚਾ, ਤੇ ਫਿਰ ਜਿਹੜੀ ਆਉਂਦੀ ਹੈ, ਲੈ ਮਾਂ ਜੀ ਪੀ ਲੈ ਪਾਣੀ, ਲੈ ਬੇਬੇ ਪੀ ਲੈ ਪਾਣੀ, ਜਿਹੜੀ ਆਉਂਦੀ ਹੈ ਦੇ ਚਮਚਾ ਬੇਬੇ ਦੇ ਮੂੰਹ 'ਚ, ਦੇ ਚਮਚਾ ਬੇਬੇ ਦੇ ਮੂੰਹ 'ਚ। ਉਹ ਬੇਬੇ ਦੇ ਕਿਹੜਾ ਵਿਚਾਰੀ ਦੇ ਦੰਦ ਅੜਦੇ ਆ, ਤੇ ਮੂੰਹ ਤਾਂ ਉਹਦਾ ਨਾਲ ਵਰਗਾ ਹੋਇਆ ਪਿਆ ਆਉਂਦਾ ਵਿਚਾਰੀ ਦਾ, ਪਿਆ ਪਿਆ ਕੇ ਪਾਣੀ ਬੇਬੇ ਦਾ ਢਿੱਡ ਬਲੈਡਰ ਵਰਗਾ ਕਰੀ ਰੱਖਦੇ ਆ। ਇਹ ਕਰਦੇ ਆ ਸਾਡੇ ਲੋਕ ਸੇਵਾ ਮਾਂ ਪਿਓ ਦੀ। ਉਹ ਗੱਲ ਕਹਿਣ ਲੱਗਿਆ, ਇੱਕ ਮਾਂ ਬਿਮਾਰ ਪਈ ਆ ਮੰਜੀ ਦੇ ਉੱਤੇ, ਪੋਤੀ ਨੂੰ ਕਿਹਾ ਪਾਣੀ ਨਾ ਦਿੱਤਾ, ਪੋਤੇ ਨੂੰ ਕਿਹਾ ਪਾਣੀ ਨਾ ਦਿੱਤਾ, ਨੂੰਹ ਨੂੰ ਕਿਹਾ ਪਾਣੀ ਨਾ ਦਿੱਤਾ, ਉਹ ਫਿਰ ਪੁੱਤ ਨੂੰ ਕਹਿ ਰਹੀ ਹੈ ਵੇ ਚੰਦਰਿਆ ਤੂੰ ਹੀ ਘੁੱਟ ਪਾਣੀ ਦੀ ਪਿਆ ਜਾ, ਮੈਂ ਤੈਨੂੰ ਬੜੇ ਦੁੱਖਾਂ ਨਾਲ ਪਾਲਿਆ, ਮੈਂ ਤੈਨੂੰ ਆਪਣਾ ਦੁੱਧ ਚੰਗਾਇਆ, ਵੇ ਤੂੰ ਤਾਂ ਇੱਕ ਘੁੱਟ ਪਾਣੀ ਦੀ ਪਿਆ ਦੇ। ਇੱਕ ਮਾਂ ਮੰਜੀ ਤੇ ਪਈ ਬਿਮਾਰ, ਇੱਕ ਆਪਣੇ ਪੁੱਤ ਨੂੰ ਕਹਿ ਰਹੀ ਹੈ ਵੇ ਚੰਦਰਿਆ ਪਾਣੀ ਦੀ ਘੁੱਟ ਪਿਆ ਦੇ। ਉਹ ਗੱਲ ਤੁਹਾਡੀ ਸੇਵਾ 'ਚ ਕਹਿ ਰਿਹਾ ਗਾ, ਧਿਆਨ ਦੇਣਾ ਜੀ।
ਦੇ ਨਾਲ ਲਾ ਕੇ ਤੈਨੂੰ ਬੁੱਕੜ ਚ ਪਾ ਕੇ ਪੁੱਤਾ ਸੀਨੇ ਨਾਲ ਲਾ ਕੇ ਲਾੜ ਦੇ ਕੇ ਤੈਨੂੰ ਦੁੱਧ ਮੈਂ ਚੰਗਾਇਆ ਚੰਦਰਿਆ ਪੁੱਟ ਪਾਣੀ ਤਾਂ ਪਿਆ ਦੇ ਤੈਨੂੰ ਆਂਦਰਾਂ ਦਾ ਦੁੱਧ ਮੈਂ ਪਿਆਇਆ ਚੰਦਰਿਆ ਬੀਜੇ ਦੁੱਖ ਹੁੰਦਾ ਤੈਨੂੰ ਪੁੱਤ ਵੇ ਮੈਂ ਸੌਂਦੀ ਨੀ ਸੀ ਸਾਰੀ ਸਾਰੀ ਰਾਤ ਵੇ ਕੰਡੇ ਜਿੰਨਾ ਬੀਜੇ ਦੁੱਖ ਹੁੰਦਾ ਤੈਨੂੰ ਪੁੱਤ ਵੇ ਮੈਂ ਸੌਂਦੀ ਨੀ ਸੀ ਸਾਰੀ ਸਾਰੀ ਰਾਤ ਵੇ ਤੇਰੀ ਅੱਖੀਆਂ ਦੇ ਮੂਹਰੇ ਮੱਛੀ ਵਾਂਗੂ ਤੜਫਦੀ ਭੋਰਾ ਵੀ ਤੂੰ ਸੁਣੇ ਦਾਨੀ ਬਾਤ ਵੇ ਭੋਰਾ ਵੀ ਤੂੰ ਸੁਣੇ ਦਾਨੀ ਬਾਤ ਵੇ ਮਾਂ ਦੇ ਨਾਲ ਪੁੱਤਾ ਵੇ ਕਿਉਂ ਕਰ ਦੈ ਸਰੀਕਾ ਮਾਂ ਦੇ ਨਾਲ ਪੁੱਤਾ ਵੇ ਕਿਉਂ ਕਰ ਦੈ ਸਰੀਕਾ ਦਿਲ ਵਾਲੀ ਖੋਲ ਕੇ ਸੁਣਾ ਦੇ ਚੰਦਰਿਆ ਪੁੱਟ ਪਾਣੀ ਤਾਂ ਪਿਆ ਦੇ ਤੈਨੂੰ ਜਿਸ ਮਾਂ ਦਾ ਦੁੱਧ ਮੈਂ ਪਿਆਇਆ ਚੰਦਰਿਆ ਪੁੱਤਾ ਪਾਣੀ ਤਾਂ ਪਿਆ ਦੇ ਆਪਣੀ ਦਾ ਨਿੱਗ ਦੇਣ ਵਾਲੀ ਮਾਂ ਪੁੱਤਾ ਰਹੀ ਹੈ ਅੱਜ ਅਥਰੂ ਬਹਾਵੇ ਗੋਦ ਆਪਣੀ ਦਾ ਨਿੱਗ ਦੇਣ ਵਾਲੀ ਮਾਂ ਪੁੱਤਾ ਰਹੀ ਹੈ ਅੱਜ ਅਥਰੂ ਬਹਾਵੇ ਟਿੱਡੋ ਜੰਮੇ ਪੁੱਤ ਕਿਵੇਂ ਮੁੱਖ ਮੋੜ ਜਾਣ ਰੱਬਾ ਚੱਲੀ ਕਿਵੇਂ ਚੰਦਰੀ ਹਵਾਵੇ ਚੱਲੀ ਕਿਵੇਂ ਚੰਦਰੀ ਹਵਾਵੇ ਨਿੱਕਾ ਹੁੰਦਾ ਜਿਵੇਂ ਸੀ ਤੂੰ ਮਾਂ ਨਿੱਕਾ ਹੁੰਦਾ ਜਿਵੇਂ ਕਹਿੰਦਾ ਹੁੰਦਾ ਸੀ ਤੂੰ ਮਾਂ ਮਾਂ ਆਖ ਕੇ ਕਲੇ ਜੇ ਠੰਡ ਪਾ ਦੇ ਚੰਦਰਿਆ ਪੁੱਤਾ ਪਾਣੀ ਤਾਂ ਪਿਆ ਦੇ ਤੈਨੂੰ ਆਂਦਰਾਂ ਦਾ ਦੁੱਧ ਮੈਂ ਚੰਗਾਇਆ ਚੰਦਰਿਆ ਘੁੱਟ ਪਾਣੀ ਤਾਂ ਪਿਆ ਦੇ ਆਪਣਾ ਦਿਖਾਵਾਂ ਜੇ ਮੈਂ ਤੈਨੂੰ ਕੰਨੀ ਸੁਣ ਲੰਮੇ ਚੀਕ ਦੁਖੀ ਦਿਲ ਦੀ ਢਿੱਡ ਪਾੜ ਆਪਣਾ ਦਿਖਾਵਾਂ ਜੇ ਮੈਂ ਤੈਨੂੰ ਕੰਨੀ ਸੁਣ ਲੰਮੇ ਚੀਕ ਦੁਖੀ ਦਿਲ ਦੀ ਪੁੱਤ ਬੰਗੜਾ ਵੇ ਕੀਤੇ ਲੱਖ ਤੇ ਕਰੋੜ ਨੂੰ ਮੁੱਲ ਨਹੀਂ ਉਹ ਮਾਂ ਕਿਤੋਂ ਮਿਲਦੀ ਮੁੱਲ ਨਹੀਂ ਉਹ ਮਾਂ ਕਿਤੋਂ ਮਿਲਦੀ ਮੈਂ ਤਾਂ ਮਾਵਾਂ ਵਾਲੇ ਸਾਰੇ ਫਰ ਜੈ ਨਵਾਏ ਮੈਂ ਤਾਂ ਮਾਵਾਂ ਵਾਲੇ ਸਾਰੇ ਫਰ ਜੈ ਨਵਾਏ ਪੁੱਤਾਂ ਵਾਲਾ ਫਰ ਜੀ ਨਵਾ ਦੇ ਚੰਦਰਿਆ ਪੁੱਟ ਪਾਣੀ ਤਾਂ ਪਿਆ ਦੇ ਤੈਨੂੰ ਆਂਦਰਾਂ ਦਾ ਦੁੱਧ
ਪਾਣੀ ਤਾਂ ਪਿਆ ਦੇ, ਹਾਏ ਘੁੱਟ ਪਾਣੀ ਤਾਂ ਪਿਆ ਦੇ। ਸੇਵਾ ਤਾਂ ਕੀ ਕਰਨੀ ਹੈ ਮਾਂ ਤੇ ਪਿਓ ਦੀ, ਸੰਗੋ ਮੈਂ ਲੜਾਈ ਵੇਖੀ ਹੈ ਮਾਂ ਦੇ ਨਾਲ ਹੁੰਦੀ। ਇੱਕ ਮਾਂ ਕਹਿ ਰਹੀ ਹੈ ਵੀ ਚੰਦਰਿਆ ਮੈਂ ਤੈਨੂੰ ਬੜੇ ਦੁੱਖਾਂ ਦੇ ਨਾਲ ਜੰਮਿਆ, ਬੜੇ ਦੁੱਖਾਂ ਦੇ ਨਾਲ ਪਾਲਿਆ ਗਾ, ਵੀ ਚੰਦਰਿਆ ਤੂੰ ਅੱਜ ਮੇਰੇ ਨਾਲ ਲੜਾਈਆਂ ਕਰਦਾ, ਇਹੋ ਜਿਹੇ ਸ਼ਬਦ ਬੋਲਦਾ। ਪੁੱਤ ਪਤਾ ਕੀ ਕਹਿੰਦੇ ਆ, ਕਹਿੰਦਾ ਮੈਂ ਕਿਹੜਾ ਤੈਨੂੰ ਕਿਹਾ ਸੀ ਵੀ ਮੈਨੂੰ ਜੰਮ ਨਾ ਜੰਮਦੀ। ਵੇਖ ਲਓ ਲੜਾਈ ਮਾਂ ਤੇ ਪੁੱਤ ਦੀ। ਉਹ ਕਹਿ ਰਹੀ ਹੈ ਵੀ ਚੰਦਰਿਆ ਜਦੋਂ ਮੈਂ ਕਿਤੇ ਜਾਂਦੀ, ਕਿਤੇ ਬਾਹਰ ਜਾਂਦੀ ਮਿਲਣ ਦੇ ਵਾਸਤੇ, ਤਾਂ ਮੈਨੂੰ ਚਿਮੜ ਜਾਂਦਾ ਕਿ ਹਾਏ ਬੇਬੇ ਮੈਂ ਤੇਰੇ ਨਾਲ ਚੱਲੂੰਗਾ, ਹਾਏ ਬੇਬੇ ਮੈਂ ਤੇਰੇ ਨਾਲ ਚੱਲੂੰਗਾ, ਰੋਣ ਲੱਗ ਪੈਂਦਾ ਅੱਜ ਤੂੰ ਮੈਨੂੰ ਗਾਲਾਂ ਕੱਢਦੇ। ਪੁੱਤ ਪਤਾ ਕੀ ਕਹਿੰਦੇ ਗਾ, ਕਹਿੰਦਾ ਮਾਂ ਉਹੋ ਜਿਹਾ ਤੂੰ ਵੀ ਨਹੀਂ ਸਮਝਦੀ ਮੈਨੂੰ ਜਿਹੋ ਜਿਹਾ ਪੋਤੜੇ ਵਿੱਚ ਸਮਝਦੀ ਹੁੰਦੀ ਸੀ, ਉਦੋਂ ਦਾ ਬੱਸ ਵਿੱਚ ਤੂੰ ਵੀ ਢੱਕ ਕੇ ਰੱਖਦੀ ਹੋਣੀ ਮੇਰੇ ਪੁੱਤ ਨੂੰ ਕਿਤੇ ਨਜ਼ਰ ਨਾ ਲੱਗ ਜੇ, ਮੇਰੇ ਪੁੱਤ ਨੂੰ ਟੋਕ ਨਾ ਲੱਗ ਜੇ, ਅੱਜ ਉਹ ਤੂੰ ਵੀ ਨਹੀਂ ਮੈਨੂੰ ਸਮਝ ਰਹੀ। ਵੇਖ ਲਓ ਲੜਾਈ ਮਾਂ ਤੇ ਪੁੱਤ ਦੀ। ਹਾਂ ਮਾਂ ਦੀ ਸੇਵਾ ਹੁੰਦੀ ਹੈ, ਕਈ ਮਹੀਨਿਆਂ ਬਾਅਦ ਕੁਦਰਤ ਦੇ ਨਾਲ ਸੇਵਾ ਹੁੰਦੀ ਹੈ ਅੱਜ ਮਾਂ ਦੀ। ਉਹ ਤੁਸੀਂ ਕਹੋਗੇ ਵੀ ਕਦੋਂ ਸੇਵਾ ਹੁੰਦੀ ਹੈ, ਤੁਸੀਂ ਸੋਚੋਗੇ ਵੀ ਉਹ ਕਿਹੜਾ ਦਿਨ ਹੈ, ਖਮਨੀ ਪੂਰਨਮਾਸੀ ਹੈ, ਖਮਨੀ ਸੰਗਰਾਂਦ ਦਾ ਹੋਊਗਾ, ਖਮਨੀ ਦਸਵੀਂ ਹੋਊਗੀ। ਨਹੀਂ, ਇਹ ਤਾਂ ਵਿਚਾਰੀ ਮੜੀਆਂ ਤੋਂ ਵੀ ਮਾੜੀ ਹੈ, ਅਸੀਂ ਮੜੀਆਂ ਤੇ ਲੱਸੀ ਪਾਉਣੀ ਨਹੀਂ ਭੁੱਲਦੇ ਹਾਂ, ਅਸੀਂ ਦੁੱਧ ਪਾਉਣਾ ਨਹੀਂ ਭੁੱਲਦੇ ਹਾਂ, ਦੀਵੇ ਲਾਉਣੇ ਨਹੀਂ ਭੁੱਲਦੇ ਹਾਂ ਅਸੀਂ ਮੜੀਆਂ ਦੇ ਉੱਤੇ, ਇਹ ਤਾਂ ਵਿਚਾਰੀ ਉਦੋਂ ਵੀ ਮਾੜੀ ਹੈ। ਮਾਂ ਦੀ ਪਤਾ ਕਿਹੜੇ ਦਿਨ ਸੇਵਾ ਹੁੰਦੀ ਹੈ, ਜਿੱਦੇ ਮਾਂ ਨੂੰ ਬੁਢਾਪਾ ਪੈਨਸ਼ਨ ਮਿਲਣੀ ਹੈ ਉਹਦੇ ਮਾਂ ਦੀ ਸੇਵਾ ਹੁੰਦੀ ਹੈ, ਜਿੱਦੇ ਮਾਂ ਨੂੰ ਪੈਨਸ਼ਨ ਮਿਲਣੀ ਹੈ। ਮੈਂ ਅੱਖਾਂ ਨਾਲ ਲੜਾਈ ਵੇਖੀ ਹੈ ਦਰਾਣੀਆਂ ਜਠਾਣੀਆਂ ਦੀ ਹੁੰਦੀ। ਇੱਕ ਦਰਾਣੀ ਕਹਿੰਦੀ ਹੈ, ਕਹਿੰਦੀ ਨਹੀਂ ਤੁਸੀਂ ਬੋਲਣ ਨੂੰ ਮਰਦੀ ਹੋ, ਨਹੀਂ ਬੁੜਾ ਬੁੜੀ ਨੂੰ ਰੋਟੀ ਤਾਂ ਮੈਂ ਦਿੰਦੀ ਹਾਂ। ਉਹ ਦੂਜੀਆਂ ਪਤਾ ਕੀ ਕਹਿੰਦੀਆਂ ਨੇਗੀਆਂ, ਕਹਿੰਦੀਆਂ ਸੁਪਨੇ ਨਹੀਂ ਪੈਨਸ਼ਨ ਵੀ ਤੂੰ ਹੀ ਫੜਦੀ ਆ ਬੁੜਾ ਬੁੜੀ ਦੀ, ਨਹੀਂ ਪਹਿਲਾਂ 2400 ਮਿਲਿਆ, ਨਹੀਂ ਫਿਰ 1200 ਮਿਲਿਆ, ਨਹੀਂ ਫਿਰ 300 ਮਿਲਿਆ, ਆਪਣੇ ਕੋਲ ਹੀ ਲਈ ਜਾਂਦੀਆਂ ਨੇ। ਤੇ ਮੈਂ ਕਿਹਾ ਭਾਈ ਕਿਉਂ ਲੜਦੀ ਹੋ, ਉਹ ਬਾਪੂ ਕਿਹੜਾ ਸੂਬੇਦਾਰ ਪੈਨਸ਼ਨ ਹੀ ਆਏਗਾ ਵੀ ਤਾਂ 2400 ਮਿਲ ਗਿਆ, ਬੁਢਾਪਾ ਪੈਨਸ਼ਨ ਮਿਲੀ ਆ ਪਤਾ ਨਹੀਂ 200 ਮਿਲ ਗਿਆ ਪਤਾ ਨਹੀਂ ਨਾ ਮਿਲ ਗਿਆ, ਇਹ ਮੈਂ ਆਪਣੇ ਅੱਖੀਂ ਵੇਖੀ ਹੈ। ਹੁਣ ਮਾਂ ਤੇ ਪਿਓ ਦੀ ਸੇਵਾ ਕਰ ਰਿਹਾ, ਵੇਖੋ ਮਾਤਾ ਦੀ ਬੁਢਾਪਾ ਪੈਨਸ਼ਨ ਮਿਲਣੀ ਹੈ, ਲਾਟਰੀ ਨੂੰ ਫਿਰ ਭੱਜੀ ਫਿਰਦੀ ਹੈ, ਪੋਤੇ ਪੋਤੀ ਫਿਰ ਨੇੜੇ ਨੇੜੇ ਭੱਜੇ ਫਿਰਦੇ ਹੈ। ਤੇ ਪੋਤੀ ਕਹਿੰਦੀ ਹੈ ਕਿ ਬੁੜੀ ਮੈਨੂੰ ਸੂਟ ਸਮਾ ਕੇ ਦਊਗੀ, ਦਾਦੀ ਮਾਂ ਹਜੇ ਵੀ ਨਹੀਂ ਕਹਿੰਦੀਆਂ, ਹਜੇ ਵੀ ਬੁੜੀ ਇਹ ਕਹਿੰਦੀ ਹੈ। ਤੇ ਫਿਰ ਭੱਜੇ ਫਿਰਦੇ ਹੈ, ਤੇ ਚੁੱਲ੍ਹੇ ਤੇ ਬੈਠੀ ਮਾਂ ਫਿਰ ਬੱਚਿਆਂ ਦੀ ਕਹਿ ਰਹੀ ਹੈ ਵੀ ਨਹੀਂ ਬੱਚਿਓ ਬਿੱਲ ਭਰਨਾ, ਸਾਰੇ ਪੈਸੇ ਘਰੇ ਲੈ ਆਈ, ਕਿਤੇ ਰਾਹ ਵਿੱਚ ਨਾ ਕਿਤੇ ਹੋਰ ਕਰੇ ਕੰਮ। ਹੁਣ ਲਾਲਚਣੀ ਨੂੰ ਇੱਕ ਪੈਸਾ ਲੈਣ ਦੀ ਮਾਰੀ ਭੱਜੀ ਫਿਰਦੀ ਹੈ ਬੇਬੇ ਦੇ ਮੰਜੀ ਦੇ ਆਲੇ ਦਾਲੇ, ਕਦੇ ਕਹਿੰਦੀ ਹੈ ਬੇਬੇ ਜੀ ਚਾਹ ਪੀਣੀ ਹੈ, ਬੇਬੇ ਜੀ ਰੋਟੀ ਖਾਣੀ ਹੈ। ਜਦ ਵੀ ਉਹ ਗੱਲ ਕਹਿਣ ਲੱਗਿਆ ਇੱਕ ਲਾਲਚਣੀ ਨੂੰ ਇੱਕ ਆਪਣੀ ਸਾਥੇ ਦੇ ਨਾਲ ਕਿਹੋ ਜਿਹਾ ਵਤੀਰਾ ਕਰਦੀ ਹੈ, ਇੱਕ ਪੈਸਾ ਲੈਣ ਦੀ ਮਾਰੀ ਇਹ ਇਉਂ ਪੇਸ਼ ਕਰਨ ਲੱਗੇ।
ਮੌਕਾ ਦਿੱਤਾ ਸੀਗਾ ਤੜਕੇ ਮੈਂ ਸੁਣਿਆ ਕੋਠੇ ਤੇ ਚੜਕੇ ਮੌਕਾ ਦਿੱਤਾ ਸੀਗਾ ਤੜਕੇ ਮੈਂ ਸੁਣਿਆ ਕੋਠੇ ਤੇ ਚੜਕੇ ਦੁੱਧ ਨਵਾਰੇ ਆਖਿਆ ਸੀਗਾ ਸਾਰੇ ਸੁਣ ਲੋ ਬਈ ਕੰਨ ਕਰਕੇ ਗਰਮ ਪਾਣੀ ਦਾ ਪਿਆ ਪਤੀਲਾ ਗਰਮ ਪਾਣੀ ਦਾ ਪਿਆ ਪਤੀਲਾ ਛੇਤੀ ਉੱਠ ਕੇ ਨਾ ਲੈ ਬੇਬੇ ਜੀ ਪੈਨਸ਼ਨ ਮਿਲਣੀ ਹੈ ਸੋਹਣੇ ਕੱਪੜੇ ਪਾ ਲੈ ਬੇਬੇ ਜੀ ਪੈਨਸ਼ਨ ਮਿਲਣੀ ਹੈ ਬੈਂਕ ਚੋਂ ਘਰ ਨੂੰ ਸਿੱਧੀ ਆ ਜੀ ਪੈਸੇ ਨਾ ਕਿਤੇ ਹੋਰ ਚਲਾ ਦੀ ਘਰ ਨੂੰ ਸਿੱਧੀ ਆ ਜੀ ਪੈਸੇ ਨਾ ਕਿਤੇ ਹੋਰ ਚਲਾ ਦੀ ਥੋੜੇ ਬਹੁਤੇ ਰੱਖ ਲਈ ਕੋਲੇ ਬਾਕੀ ਆ ਕੇ ਘਰੇ ਫੜਾ ਦੀ ਵੇਖੀ ਕਿਤੇ ਭੁੱਲ ਨਾ ਜਾਈ ਵੇਖੀ ਕਿਤੇ ਭੁੱਲ ਨਾ ਜਾਈ ਕਾਪੀ ਜੇਬ ਵਿੱਚ ਪਾ ਲੈ ਅੰਮਾ ਜੀ ਪੈਨਸ਼ਨ ਮਿਲਣੀ ਹੈ ਗਰਮ ਪਾਣੀ ਨਾਲ ਨਾ ਲੈ ਅੰਮਾ ਜੀ ਪੈਨਸ਼ਨ ਮਿਲਣੀ ਹੈ ਦੀ ਤਾਂ ਗੱਲ ਨਾ ਕੋਈ ਝੂਠ ਬੋਲਾਂ ਤਾਂ ਮਿਲੇ ਨਾ ਢੋਈ ਪੈਸਿਆਂ ਦੀ ਤਾਂ ਗੱਲ ਨਾ ਕੋਈ ਝੂਠ ਬੋਲਾਂ ਤਾਂ ਮਿਲੇ ਨਾ ਢੋਈ ਚੜ੍ਹਦੇ ਸਿਆਲ ਹੀ ਲੈ ਦੇਣੀ ਹੈ ਤੈਨੂੰ ਵਧੀਆ ਗਰਮ ਜੀ ਲੋਈ ਆਉਂਦਾ ਨੀ ਯਕੀਨ ਜੇ ਤੈਨੂੰ ਆਉਂਦਾ ਨੀ ਯਕੀਨ ਜੇ ਤੈਨੂੰ ਭਾਵੇਂ ਸੌ ਚੱਕਵਾ ਲੈ ਅੰਮਾ ਜੀ ਪੈਨਸ਼ਨ ਮਿਲਣੀ ਹੈ ਸੋਹਣੇ ਕੱਪੜੇ ਪਾ ਲੈ ਬੇਬੇ ਜੀ ਪੈਨਸ਼ਨ ਮਿਲਣੀ ਹੈ ਮਨ ਪਾਉਂਦਾ ਖਾ ਪੀ ਲੈ ਮਾਂ ਜੀ ਨਾਲ ਟੋਰ ਦੇ ਜੀ ਲੈ ਮਾਂ ਜੀ ਮਰਜ਼ੀ ਦਾ ਖਾ ਪੀ ਲੈ ਮਾਂ ਜੀ ਨਾਲ ਟੋਰ ਦੇ ਜੀ ਲੈ ਮਾਂ ਜੀ ਦੂਰੀ ਵਾਰ ਦੀ ਚਾਹ ਬਣਾਈ ਲੈ ਫੜ ਤੂੰ ਵੀ ਪੀ ਲੈ ਮਾਂ ਜੀ ਚੁੱਲ੍ਹੇ ਮੂਹਰੇ ਬਹਿ ਕੇ ਰੋਟੀ ਚੁੱਲ੍ਹੇ ਮੂਹਰੇ ਬਹਿ ਕੇ ਰੋਟੀ ਗਰਮ ਗਰਮ ਤੂੰ ਖਾ ਲੈ ਅੰਮਾ ਜੀ ਪੈਨਸ਼ਨ ਮਿਲਣੀ ਹੈ ਸੋਹਣੇ ਕੱਪੜੇ ਪਾ ਲੈ ਅੰਮਾ ਜੀ ਪੈਨਸ਼ਨ ਮਿਲਣੀ ਹੈ ਕੱਟ ਹੋਊ ਬਾਲਾ ਸੁੱਖ ਨਾਲ ਕਿੱਡਾ ਪਿੰਡ ਵਿਦਿਆਲਾ ਐਤਕੀ ਕੱਟ ਹੋਊ ਬਾਲਾ ਸੁੱਖ ਨਾਲ ਕਿੱਡਾ ਪਿੰਡ ਵਿਦਿਆਲਾ ਬੜੇ ਚਿਰਾਂ ਤੋਂ ਪੈਨਸ਼ਨ ਮਿਲਣੀ ਹਰ ਕੋਈ ਹੋਊ ਕਾਲੇ ਤੋਂ ਕਾਲਾ ਹੋ ਨਾ ਜਾਵੇ ਭੀੜ ਭੜੱਕਾ ਹੋ ਨਾ ਜਾਵੇ ਭੀੜ ਭੜੱਕਾ ਪਹਿਲੇ ਹੀ ਲੰਬਰ ਲਾ ਲੈ ਅੰਮਾ ਜੀ ਪੈਨਸ਼ਨ ਬੇਬੇ ਜੀ ਪੈਨਸ਼ਨ ਮਿਲਣੀ ਹੈ ਗਰਮ ਪਾਣੀ ਨਾਲ ਮੈਂ ਕਿਹਾ ਗਰਮ ਪਾਣੀ ਨਾਲ ਆਲੇ ਸੋਹਣੇ ਕੱਪੜੇ ਪਾ ਲੈ ਅੰਮਾ ਜੀ ਪੈਨਸ਼ਨ ਮਿਲਣੀ ਹੈ ਬੇਬੇ ਜੀ ਪੈਨਸ਼ਨ ਮਿਲਣੀ ਹੈ ਅੰਮਾ ਜੀ ਪੈਨਸ਼ਨ ਮਿਲਣੀ ਹੈ ਬੇਬੇ ਜੀ ਪੈਨਸ਼ਨ ਮਿਲਣੀ ਹੈ ਅੰਮਾ ਜੀ ਪੈਨਸ਼ਨ ਮਿਲਣੀ ਹੈ।
ਗੱਲ ਪਿਓ ਦੀ ਕਰਨ ਲੱਗਿਆ, ਪਿਓ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਬੱਚਿਆਂ ਨੂੰ ਪਾਲਣ ਦਾ, ਇਕੱਲੀ ਮਾਂ ਦਾ ਨਹੀਂ ਪਿਓ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਹੁਣ ਖੁੰਡਾਂ ਤੇ ਬਹਿਣਾ, ਦਰਵਾਜ਼ਿਆਂ ਵਿੱਚ ਬਹਿਣਾ ਸਾਡੀ ਇੱਕ ਰੀਤ ਹੈ ਪੁਰਾਣੀ। ਖੁੰਡਾਂ ਤੇ ਬੈਠੇ ਬਜ਼ੁਰਗ ਗੱਲਾਂ ਕਰ ਰਹੇ ਆ, ਆਪੋ ਆਪਣੇ ਰੋਣੇ ਰੋ ਰਹੇ ਆ ਬਜ਼ੁਰਗ, ਤਾਂ ਗੱਲ ਚੱਲ ਪਈ ਹੈ। ਇੱਕ ਬਜ਼ੁਰਗ ਨੇ ਆਖਿਆ, ਕਹਿੰਦੇ ਵੀ ਵੇਖੋ ਵੀ ਉਹ ਫਲਾਣੇ ਬੰਦੇ ਨੇ ਕਿੱਡਾ ਵੱਡਾ ਜ਼ੁਲਮ ਕੀਤਾ ਆਪਣੇ ਬੱਚਿਆਂ ਦੇ ਉੱਤੇ, ਉਹ ਸਾਰੀ ਜ਼ਮੀਨ ਜਾਇਦਾਦ ਨਸ਼ਿਆਂ ਦੇ ਮੂੰਹੀ ਖਾ ਗਿਆ, ਦਿਹਾੜੀ ਕਰਨ ਜੋਗੇ ਕਰ ਦਿੱਤਾ ਆਪਣੇ ਬੱਚਿਆਂ ਨੂੰ। ਇਹੋ ਜਿਹੀਆਂ ਗੱਲਾਂ ਦੁੱਖ ਦੀਆਂ ਕਰ ਰਹੀਆਂ ਨੇ, ਖੁੰਡਾਂ ਦੇ ਉੱਤੇ ਬੈਠੇ ਆ ਸਾਡੇ ਬਜ਼ੁਰਗ। ਤਾਂ ਫਿਰ ਗੱਲ ਚੱਲਦੀ ਹੋਈ ਇੱਕ ਦੂਜਾ ਬਜ਼ੁਰਗ ਬੋਲਿਆ, ਕਹਿਣ ਲੱਗਿਆ, ਭਾਈ ਉਹ ਭਰਾਵਾ ਮੇਰੇ ਵੱਲੀ ਵੇਖ, ਮੈਂ ਪੁੱਤਾਂ ਵਾਸਤੇ ਕੀ ਨਹੀਂ ਕੀਤਾ, ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਸਭ ਕੁਝ ਕੀਤਾ, ਅੱਜ ਆ ਬੈਠਿਆਂਗਾ, ਕੋਈ ਰੋਟੀ ਵੀ ਨਹੀਂ ਦੇ ਰਿਹਾ ਗਾ, ਕੋਈ ਰੋਟੀ ਵੀ ਨਹੀਂ ਪੁੱਛਦਾ, ਅੱਜ ਆ ਬੈਠੇ ਹਾਂ। ਬੜੀ ਦੁੱਖ ਦੀ ਗੱਲ ਹੈ, ਖੁੰਡਾਂ ਤੇ ਬੈਠੇ ਬਜ਼ੁਰਗ ਆਪੋ ਆਪਣੇ ਦੁੱਖ ਰੋਂਦੇ ਹੈ। ਇੱਕ ਬਜ਼ੁਰਗ ਨੇ ਕਿਹਾ, ਕਹਿੰਦੇ ਵੀ ਗੱਲ ਠੀਕ ਹੈ, ਪਹਿਲਾਂ ਵਾਲਾ ਜਵਾਨਾਂ ਕਿੰਨਾ ਵਧੀਆ ਹੁੰਦਾ ਸੀ, ਪਹਿਲਾਂ ਮਾਂ ਪਿਓ ਦੇ ਪੁੱਛੇ ਤੋਂ ਬਿਨਾਂ ਪੁੱਤ ਸਹੁਰੀ ਨਹੀਂ ਸੀ ਜਾਂਦਾ, ਹੁਣ ਕਹਿੰਦੇ ਉਦੋਂ ਹੀ ਪਤਾ ਲੱਗਦਾ ਜਦੋਂ ਪੁੱਤ ਪੱਗ ਬੰਨ੍ਹੀ ਜਾਂਦਾ ਹੁੰਦਾ ਵੀ ਮੈਂ ਤਾਂ ਸਹੁਰੀ ਜਾਂਦਾ। ਕਿੰਨਾ ਵਧੀਆ ਜਵਾਨਾ ਹੁੰਦਾ ਸੀ, ਪਰ ਅੱਜ ਕਹਿੰਦੇ ਪਹਿਲਾਂ ਚਾਚੇ ਤਾਇਆ ਨੂੰ ਵੀ ਪਿਓ ਦੇ ਬਰਾਬਰ ਸਮਝਦੇ ਹੁੰਦੇ ਸੀਗੇ, ਅੱਜ ਕੋਈ ਪੁੱਛ ਨਹੀਂ ਰਿਹਾ। ਇਹ ਸੱਚੀ ਕਹਾਣੀ ਹੈ ਬਿਲਕੁਲ। ਬਜ਼ੁਰਗ ਬੈਠੇ ਹੈ ਹੁਣ ਦਰਵਾਜ਼ੇ ਦੇ ਵਿੱਚ ਖੁੰਡਾਂ ਤੇ ਗੱਲਾਂ ਕਰ ਰਹੇ ਹੈ, ਆਪੋ ਆਪਣੇ ਰੋਣੇ ਰੋ ਰਹੇ ਹੈ ਬਜ਼ੁਰਗ। ਉਹ ਗੱਲ ਤੁਹਾਡੀ ਸੇਵਾ 'ਚ ਕਹਿ ਰਿਹਾ ਗਾ ਵੀ ਖੁੰਡਾਂ ਉੱਤੇ ਬਹਿਣਾ ਸਾਡੀ ਰੀਤ ਪੁਰਾਣੀ ਹੈ, ਖੁੰਡ ਚਰਚਾ ਨਹੀਂ ਕਹਿ ਸਕਦੇ, ਇਹ ਦਰਦ ਕਹਾਣੀ ਹੈ। ਪੇਸ਼ ਕਰਨ ਲੱਗਿਆਂ ਧਿਆਨ ਦੇਣਾ। ਸਾਡੀ ਰੀਤ ਪੁਰਾਣੀ ਏ, ਖੁੰਡ ਚਰਚਾ ਨਹੀਂ ਕਹਿ ਸਕਦੇ ਇਹ ਦਰਦ ਕਹਾਣੀ ਏ, ਖੁੰਡ ਚਰਚਾ ਨਹੀਂ ਕਹਿ ਸਕਦੇ ਇਹ ਦਰਦ ਕਹਾਣੀ ਏ। ਇਕੱਠੇ ਹੋ ਕੇ ਬਿਰਧ ਵਿਚਾਰੇ ਸੱਤ ਵਿੱਚ ਬਹਿ ਗਏ ਨੇ, ਕਿੱਡਾ ਬੁਰਾ ਜਵਾਨਾ ਉਹ ਗੱਲਾਂ ਵਿੱਚ ਪੈ ਗਏ ਨੇ, ਕਿੱਡਾ ਬੁਰਾ ਜਵਾਨਾ ਉਹ ਗੱਲਾਂ ਵਿੱਚ ਪੈ ਗਏ ਨੇ। ਰੋਣਾ ਰੋਂਦੇ ਆਪੋ ਆਪਣੀ ਕਿਸਮਤ ਖੋਟੀ ਦਾ, ਹਾਂ ਓਏ ਕਿਸਮਤ ਖੋਟੀ ਦਾ, ਅੱਜ ਕੱਲ੍ਹ ਦੇ ਪੁੱਤਰਾਂ ਨੂੰ ਦੁੱਖ ਬਾਪੂ ਦੀ ਰੋਟੀ ਦਾ, ਅੱਜ ਕੱਲ੍ਹ ਦੇ ਪੁੱਤਰਾਂ ਨੂੰ ਦੁੱਖ ਬਾਪੂ ਦੀ ਰੋਟੀ ਦਾ। ਬਜ਼ੁਰਗ ਹੈ ਕਹਿੰਦਾ ਮੈਂ ਪੁੱਤ ਮਸਾਂ ਪੜਾਇਆ ਸੀ,
ਇੱਕ ਬਜ਼ੁਰਗ ਹੈ ਕਹਿੰਦਾ ਮੈਂ ਪੁੱਤ ਮਸਾਂ ਪੜਾਇਆ ਸੀ, ਔਖਾ ਸੌਖਾ ਹੋ ਕੇ ਨੌਕਰੀ ਮਸਾਂ ਲਵਾਇਆ ਸੀ, ਔਖਾ ਸੌਖਾ ਹੋ ਕੇ ਨੌਕਰੀ ਮਸਾਂ ਲਵਾਇਆ ਸੀ। ਰੰਗ ਲੱਗੇ ਨੇ ਸੁੱਖ ਨਾਲ ਘਰ ਵਿੱਚ ਮੌਜ ਬਹਾਰਾਂ ਨੇ, ਨੌਕਰ ਚਾਕਰ ਰੱਖੇ ਕੋਲ ਮਰੂਤੀ ਕਾਰਾਂ ਨੇ, ਪਰ ਮੈਨੂੰ ਕੀ ਭਾ, ਪਰ ਮੈਨੂੰ ਕੀ ਭਾ, ਚੰਡੀਗੜ੍ਹ ਪਾਈ ਕੋਠੀ ਦਾ, ਹਾਏ ਓਏ ਪਾਈ ਕੋਠੀ ਦਾ, ਉਹ ਵੀ ਚੰਦਰਾ ਮੰਨਦਾ ਦੁੱਖ ਬਾਪੂ ਦੀ ਰੋਟੀ ਦਾ, ਉਹ ਵੀ ਚੰਦਰਾ ਮੰਨਦਾ ਦੁੱਖ ਬਾਪੂ ਦੀ ਰੋਟੀ ਦਾ। ਨੇ ਐਨਕ ਲਾ ਕੇ ਅੱਖਿਓ ਪੂੰਜਿਆ ਪਾਣੀ ਨੂੰ, ਮਾਂਜਾ ਭਰ ਕੇ ਕਹਿਣ ਲੱਗਿਆ ਉਹ ਦਰਦ ਕਹਾਣੀ ਨੂੰ, ਇੱਕ ਨੇ ਐਨਕ ਲਾ ਕੇ ਅੱਖਿਓ ਪੂੰਜਿਆ ਪਾਣੀ ਨੂੰ, ਮਾਂਜਾ ਭਰ ਕੇ ਕਹਿਣ ਲੱਗਿਆ ਉਹ ਦਰਦ ਕਹਾਣੀ ਨੂੰ, ਵੇਲਾ ਬੈਠਿਆ ਰਹਿਣਾ ਤਾਨੇ ਦਿੰਦੇ ਕਰਦੇ ਨੇ, ਕੀ ਕਰੀਏ ਹੁਣ ਗਿੱਟੇ ਗੋਡੇ ਕੰਮ ਨਾ ਕਰਦੇ ਨੇ, ਕਿਵੇਂ ਪਿਆਵਾਂ ਪਾਣੀ ਸੰਗਲ ਫੜ ਕੇ ਝੋਟੀ ਦਾ, ਮੈਂ ਤਾਂ ਮਸਾਂ ਤੁਰਾਂ ਸਹਾਰਾ ਲੈ ਕੇ ਸੋਟੀ ਦਾ, ਮੁੰਡੇ ਕਹਿੰਦੇ ਵੇਲੇ ਨੂੰ ਨੀ ਥਾਲ ਪਰੋਸੀ ਦਾ, ਹਾਂ ਓਏ ਥਾਲ ਪਰੋਸੀ ਦਾ, ਸਾਰਾ ਟੱਬਰ ਮੰਨਦਾ ਦੁੱਖ ਬਾਪੂ ਦੀ ਰੋਟੀ ਦਾ, ਸਾਰਾ ਟੱਬਰ ਮੰਨਦਾ ਦੁੱਖ ਬਾਪੂ ਦੀ ਰੋਟੀ ਦਾ। ਆਖਦਾ ਕਿਉਂ ਦੁੱਖ ਭਰੀਆਂ ਛੇੜੀ ਜਾਂਦੇ ਹੋ, ਇੱਕ ਆਖਦਾ ਕਿਉਂ ਦੁੱਖ ਭਰੀਆਂ ਛੇੜੀ ਜਾਂਦੇ ਹੋ, ਅੱਲੇ ਜ਼ਖਮਾਂ ਨੂੰ ਕਿਉਂ ਹੋਰ ਅਚੇੜੀ ਜਾਂਦੇ ਹੋ, ਅੱਲੇ ਜ਼ਖਮਾਂ ਨੂੰ ਕਿਉਂ ਹੋਰ ਅਚੇੜੀ ਜਾਂਦੇ ਹੋ, ਕੱਲਾ ਪਿੰਡ ਬਦਿਆਲਾ ਨੀ ਹਰ ਕੋਈ ਕਰ ਲਾਉਂਦਾ ਏ, ਕੀਦਾ ਪੁੱਤ ਅੱਜ ਬਾਪੂ ਦੇ ਪੈਰੀ ਹੱਥ ਲਾਉਂਦਾ ਏ, ਲੱਭਦਾ ਨੀ ਕਿਤੋਂ ਹੱਲ, ਲੱਭਦਾ ਨੀ ਕਿਤੋਂ ਹੱਲ, ਬੰਗੜ ਸਿਆਂ ਰੀਤ ਕਲੋਟੀ ਦਾ, ਹਾਏ ਓਏ ਰੀਤ ਕਲੋਟੀ ਦਾ, ਸਾਰੇ ਲੋਕੀ ਮੰਨਦੇ ਦੁੱਖ ਬਾਪੂ ਦੀ ਰੋਟੀ 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 ਦਾ। ਗੱਲ ਕਰਨ ਲੱਗੇ ਆ ਬਾਪੂ ਦੀ, ਅੱਜ ਬਾਪੂ ਨੂੰ ਕੋਈ ਪੁੱਛ ਨਹੀਂ ਰਿਹਾ। ਸਾਡੇ ਬਾਬਾ ਜੀ ਇੱਕ ਪਖਾਣਾ ਪਾਉਂਦੇ ਹੁੰਦੇ ਸੀ, ਕਹਿੰਦੇ ਵੀ ਭਾਈ ਭਾ ਦਾ, ਭੈਣ ਰੱਜੇ ਦੀ, ਪਿਓ ਵਾਧੇ ਦਾ, ਮਾਂ ਘਾਟੇ ਦੀ। ਕਹਿੰਦੇ ਵੀ ਭਾਈ ਭਾ ਦਾ, ਭਾਈ ਨੇ ਭਾ ਨਾਲ ਗੱਲ ਕਰਨੀ ਹੈ, ਗਰੀਬ ਅਮੀਰ ਨਹੀਂ ਵੇਖਣਾ, ਉਹਨੇ ਇਹ ਨਹੀਂ ਵੇਖਣਾ ਇਹ ਧੀਆਂ ਵਾਲਾ ਨਹੀਂ, ਭਾਈ ਭਾ ਦਾ, ਭਾਈ ਨੇ ਭਾ ਨਾਲ ਗੱਲ ਕਰਨੀ ਹੈ। ਉਹਨੇ ਕਹਿਣਾ ਲੈ ਭਰਾਵਾ, ਇਸ ਮਕਾਨ ਦਾ ਮੁੱਲ ਪਰ ਹੈ, ਜਾਂ 50,000 ਰੁਪਇਆ ਤੂੰ ਮੈਨੂੰ ਦੇ, ਅਤੇ ਨਹੀਂ 50,000 ਤੈਨੂੰ ਮੈਂ ਦਿੰਦਾ, ਤੂੰ ਚੱਕ ਜੁਲੀ ਤਪੜਾ ਤੁਰ ਇੱਥੋਂ। ਭਰਾ ਨੇ ਭਾ ਨਾਲ ਗੱਲ ਕਰਨੀ ਹੈ, ਭਾਈ ਨੇ, ਭਾਈ ਭਾ ਦਾ, ਭੈਣ ਰੱਜੇ ਦੀ। ਕਹਿੰਦੇ ਭੈਣ ਵੀ ਉਸ ਭਰਾ ਦੀ ਹੈ, ਉਹ ਜਿਹੜਾ ਆਉਂਦੀ ਨੂੰ ਕਿਰਾਇਆ ਭਾੜਾ ਦੇ ਕੇ ਤੋਰਦੇ ਅਤੇ ਛੂਟ ਦੇ ਕੇ ਤੋਰਦੇ,
ਅੱਜ ਭੈਣ ਵੀ ਉਸੇ ਦੀ ਆ ਰੱਜੇ ਹੋਏ ਦੀ, ਤੇ ਜਿਹੜਾ ਗਰੀਬ ਭਰਾ ਆ ਉਹਨੂੰ ਨਹੀਂ ਪੁੱਛਦੀ ਹੈ। ਜਿਹੜੇ ਝੋਲੇ 'ਚ ਅਮਰੂਦ ਪਾਏ ਹੁੰਦੇ ਆ ਨਾ, ਉਹ ਵੱਡੇ ਭਰਾ ਦੀ ਜਾ ਕੇ ਰੱਖਦੀ ਹੈ, ਜਿਹੜਾ ਜਾਂਦੀ ਨੂੰ ਕਿਰਾਇਆ ਭਾੜਾ ਦੇ ਦਿੰਦਾ। ਭੈਣ ਰੱਜੇ ਦੀ, ਪਿਓ ਵਾਧੇ ਦਾ, ਕਹਿੰਦੇ ਪਿਓ ਨੇ ਵਾਧਾ ਮੰਗਣਾ ਪੁੱਤ ਦੇ ਕੋਲੋਂ, ਪਿਓ ਵਾਧੇ ਦਾ। ਮਾਂ ਘਾਟੇ ਦੀ, ਮਾਂ ਸਿਆਣੇ ਕਹਿੰਦੇ ਆ ਮਾਂ ਦਾ ਫਿਰ ਵੀ ਦਿਲ ਮੱਚਦਾ, ਮਾਂ ਦਾ ਕਾਲਜਾ ਮੱਚਦਾ ਜੇ ਪੁੱਤ ਨੂੰ ਲੈ ਕੇ, ਫਿਰ ਵੀ ਕਹਿੰਦੀ ਹੈ ਵੀ ਚੰਦਰਿਆ ਰੋਟੀ ਖਾ ਲੈ, ਜੇ ਪਤਾ ਲੱਗ ਗਿਆ ਕਿਸੇ ਨੂੰ ਤਾਂ ਬੋੜੀ ਬੋੜੀ ਕਰੂਗਾ, ਤੇਰਾ ਪਿਓ ਰੋਟੀ ਖਾ ਲੈ। ਉਹ ਗੱਲ ਕਹਿਣ ਲੱਗਿਆ, ਉਹ ਪਿਓ ਨੂੰ ਵਾਧਾ ਤਾਂ ਕੀ ਦੇਣਾ ਸੀ, ਉਹਨੂੰ ਤਾਂ ਅੱਜ ਰੋਟੀ ਵੀ ਨਹੀਂ ਮਿਲਦੀ ਹੈ। ਜਿਹੜੇ ਪਿਓ ਨੇ ਬੜੇ ਚਾਵਾਂ ਦੇ ਨਾਲ ਵਿਆਹ ਸ਼ਾਦੀਆਂ ਕੀਤੀਆਂ ਹੋਣ, ਉਹ ਬੜੇ ਚਾਵਾਂ ਦੇ ਨਾਲ ਬੜੇ ਢੋਲ ਢਮੱਕੇ ਵਜਾਏ ਹੋਣ ਵਿਆਹਾਂ ਦੇ ਵਿੱਚ, ਅੱਜ ਉਹ ਬਾਪੂ ਭੁੱਖਾ ਮਰ ਰਿਹਾ, ਅੱਜ ਉਹਨੂੰ ਕੋਈ ਰੋਟੀ ਨਹੀਂ ਪੁੱਛਦਾ, ਅੱਜ ਵੰਡੀਆਂ ਪੈ ਗਈਆਂ ਨੇ ਮਕਾਨ ਦੀਆਂ, ਅੱਜ ਬਾਪੂ ਚੱਲਿਆ ਬਾਹਰਲੇ ਘਰਾਂ ਨੂੰ। ਉਹ ਗੱਲ ਤੁਹਾਡੇ ਸੇਵਕ 'ਚ ਕਹਿ ਰਿਹਾ ਜੀ, ਧਿਆਨ ਦਿਓ। ਕਮਾਈ ਦਬ ਦਬ ਕੇ ਉਹਦੀ ਅੱਜ ਕੋਈ ਪੁੱਛ ਨਾ, ਬਾਪੂ ਫਿਰ ਦਾਰਾ ਭੁੱਖਾ ਮਾਰਦਾ, ਐਦੂ ਵੱਡਾ ਕੋਈ ਦੁੱਖ ਨਾ। ਬਾਪੂ ਬੈਠ ਕੇ ਮੰਜੀ ਰੋਵੇ, ਕਿਸਮਤ ਖੋਟੀ ਨੂੰ ਜਿਹੜੇ ਬਾਪੂ ਨੇ ਟੱਬਰ ਸਾਰਾ ਪਾਲਿਆ, ਤਾਰਿਸਦਾ ਰੋਟੀ ਨੂੰ। ਆਪ ਖੇਤਾਂ ਵਿੱਚ ਸੀਗਾ ਕੰਮ ਕਰਦਾ, ਪੁੱਤਾਂ ਨੂੰ ਪੜ੍ਹਾਉਣ ਲੱਗ ਗਿਆ, ਐਵੇਂ ਵੀ ਇਹਦੀ ਪੜ੍ਹਾਈ ਕਰਵਾ ਕੇ ਕੋਰਸ ਕਰਾਉਣ ਲੱਗ ਪਿਆ। ਬਾਪੂ ਡੱਕੇ ਡੱਕੇ ਫਿਰੇ ਇਕੱਠੇ ਕਰਦਾ, ਮੁੰਡਿਆਂ ਨੂੰ ਕੋਈ ਚੋਰਾ ਨਾ, ਪੜ੍ਹ ਲਿਖ ਕੇ ਬਾਪੂ ਨੂੰ ਮੁੰਡੇ ਆਖਦੇ, ਬੁੜੇ ਨੂੰ ਅਕਲ ਪੋਰਾ ਨਾ। ਬੋਲਿਆ ਜਾਂਦਾ ਏ ਗੱਲਾਂ ਚੋਂ ਗੱਲ ਚੱਲ ਪਏ, ਮਸਲਾ ਕੋਈ ਹੋਵੇ ਕਰਦਾ, ਜਿਵੇਂ ਬਾਪੂ ਦੇ ਬੋਲੇ ਤੋਂ ਛਾਲ ਪੈਂਦਾ, ਉਹਨੂੰ ਕਹਿੰਦੇ ਚੁੱਪ ਕਰ ਜਾ। ਸਾਰਾ ਟੱਬਰ ਵਿਗਿਆਨਿਆਂ ਵਾਂਗੂ ਬਾਪੂ ਨੂੰ ਹੈ ਰਹਿੰਦਾ ਕੌਂਸਦਾ, ਇਹਦੇ ਲੱਗੀ ਐ ਜਵਾਨ ਕੁੱਤਿਆਂ ਵਾਲੀ, ਸਾਰਾ ਦਿਨ ਰਹਿੰਦਾ ਭੌਂ।
ਮੁਕਦਾ ਵੰਡੀਆਂ ਅੱਡੋ ਅੱਡ ਹੋ ਗਏ ਬੂੜੇ ਰਿਸ਼ਤਿਆਂ ਨੂੰ ਤੋੜ ਕੇ ਮੁੰਡੇ ਬੋਲਦੇ ਮੁੱਛਾਂ ਨੂੰ ਵੱਟ ਦੇ ਕੇ ਇੱਥੇ ਕੋਈ ਪੈਰ ਨਾ ਧਰੇ ਬਾਪੂ ਚੱਲੇ ਆਮ ਸਾਫਰਾਂ ਵਾਂਗੂ ਮੰਜੀ ਲੈ ਕੇ ਵਾਰ ਲੈ ਕਰੇ ਉਹ ਪੁੱਤ ਖਿੰਡੇ ਗੇ ਖੜੀਆਂ ਵਾਂਗੂ ਬਾਪੂ ਨੂੰ ਫਿਕਰ ਖਾ ਗਿਆ ਇੱਕ ਛਾਡੀ ਕੇ ਬਰੇਟਾ ਪਿੰਡ ਆਪਣਾ ਬੰਗੜੀ ਦੇ ਪਿੰਡ ਆ ਗਿਆ ਹੁਣ ਦੀ ਚਿੰਤਾ ਚ ਖਾ ਤੋਂ ਮਾੜੀ ਬਾਪੂ ਮੰਜੀ ਨਾਲ ਜੁੜੀ ਗਿਆ ਜਾਂਦੀ ਵਾਰ ਦੇ ਮੇਲੇ ਵੀ ਨਾ ਹੋਏ ਭੋਲਾ ਭੋਲਾ ਕਹਿੰਦਾ ਤੁਰ ਗਿਆ ਜਾਂਦੀ ਵਾਰ ਦੇ ਮੇਲੇ ਵੀ ਨਾ ਹੋਏ ਭੋਲਾ ਭੋਲਾ ਕਹਿੰਦਾ ਤੁਰ ਗਿਆ ਜਾਂਦੀ ਵਾਰ ਦੇ ਮੇਲੇ ਵੀ ਨਾ ਹੋਏ ਭੋਲਾ ਭੋਲਾ ਕਹਿੰਦਾ ਤੁਰ ਗਿਆ ਦੇਖ ਲਓ ਸਾਡੇ ਲੋਕ ਇਹ ਜਿਉਂਦਿਆਂ ਦੀ ਸੇਵਾ ਨਹੀਂ ਕਰਦੇ ਇਹ ਮਰੇ ਹੋਏ ਦੀ ਸੇਵਾ ਕਰਦੇ ਆ ਸਾਡੇ ਲੋਕ ਬਾਪੂ ਮਰ ਗਿਆ ਤੁਰ ਗਿਆ ਇਸ ਦੁਨੀਆ ਦੇ ਉੱਤੋਂ ਛੱਡ ਗਿਆ ਇਸ ਦੁਨੀਆ ਨੂੰ ਤਾਂ ਫਿਰ ਪਤਾ ਕੀ ਹੋਇਆ ਹੋ ਗਿਆ ਇਕੱਠੇ ਫਿਰ ਸਾਹਿਬ ਸੰਬੰਧੀ ਭੈਣ ਭਰਾ ਰਿਸ਼ਤੇਦਾਰ ਇਕੱਠੇ ਹੋ ਗਏ ਹੈ ਚੁੱਕ ਲਿਆ ਬਾਪੂ ਨੂੰ ਫਿਰ ਮੰਜੇ ਤੋਂ ਥੱਲੇ ਲਾ ਲਿਆ ਫਿਰ ਹੁਣ ਬਾਪੂ ਦਾ ਇਸ਼ਨਾਨ ਕਰਾਉਣ ਲੱਗੇ ਹੈ ਫਿਰ ਬਾਪੂ ਨੂੰ ਇੱਕ ਵੱਡੇ ਸਾਰੇ ਪੀੜੇ ਉੱਤੇ ਬਿਠਾ ਲਿਆ ਫੱਟੇ ਦੇ ਉੱਤੇ ਬਿਠਾ ਲਿਆ ਬਾਪੂ ਨੂੰ ਬਾਪੂ ਬਹਿੰਦਾ ਨਹੀਂ ਆਕੜਿਆ ਹੋਇਆ ਬਾਪੂ ਪੂਰਾ ਬਹਿੰਦਾ ਨਹੀਂ ਕਹਿੰਦਾ ਜਦੋਂ ਜਿਉਂਦੇ ਨੂੰ ਨਿਭਾਇਆ ਹੁਣ ਨਹੀਂ ਮੈਂ ਨਹਾਉਂਦਾ ਬਿਠਾ ਲਿਆ ਧੱਕੇ ਨਾਲ ਬਾਪੂ ਨੂੰ ਫਿਰ ਦੁੱਧ ਦੀ ਕੱਚੀ ਲੱਸੀ ਬਣਾ ਕੇ ਫਿਰ ਸਿਰ ਦੇ ਵਿੱਚ ਪਾਉਂਦੇ ਹੈ ਫਿਰ ਖੂਬ ਚੰਗੀ ਤਰ੍ਹਾਂ ਸਾਬਣਾ ਘਸਾਉਂਦੇ ਹੈ ਫਿਰ ਤੇਲ ਲਾਉਂਦੇ ਹੈ ਬਈ ਇੰਨੇ ਮੁੰਡੇ ਨਵਾਉਂਦੇ ਹੈ ਕਿ ਹੱਥ ਫਿਰ ਨੂੰ ਵੀ ਜਗ੍ਹਾ ਨਹੀਂ ਰਹਿੰਦੀ ਬਾਪੂ ਦੇ ਉੱਤੇ ਇੰਨਾ ਨਵਾ ਰਿਹਾ ਬਾਪੂ ਨੂੰ ਫਿਰ ਮਿੰਟਾਂ ਦੇ ਵਿੱਚ ਫਿਰ ਸੂਟ ਸਮਾ ਕੇ ਲੈ ਆਉਂਦੇ ਆ ਬਾਪੂ ਵਾਸਤੇ ਫਿਰ ਮਿੰਟਾਂ ਦੇ ਵਿੱਚ ਸੂਟ ਸਮਾ ਕੇ ਬਾਪੂ ਦੇ ਪਾ ਦਿੰਦੇ ਆ ਚਿੱਟੇ ਕੱਪੜੇ ਫਿਰ ਪਤਾ ਕੀ ਕਰਦੇ ਆ ਫਿਰ ਬਾਪੂ ਦੇ ਅੱਖਾਂ ਵਿੱਚ ਸੁਰਮਾ ਪਾਉਂਦੇ ਆ ਸੁਰਮਾ ਉਹ ਜਿਹੜੇ ਬਾਪੂ ਦੇ ਕਦੇ ਅੱਖਾਂ ਦੇ ਵਿੱਚ ਕਦੇ ਦਵਾਈ ਨਹੀਂ ਪਾਈ ਕਿ ਨਾ ਅੱਜ ਸੁਰਮਾ ਪੈਂਦਾ ਉਹ ਬਾਪੂ ਦੇ ਅੱਖਾਂ ਦੇ ਵਿੱਚ ਬੜੀ ਦੁੱਖ ਦੀ ਗੱਲ ਹੈ ਅਤੇ ਫਿਰ ਪਤਾ ਕੀ ਕਰਦੇ ਆ ਫਿਰ ਬਾਪੂ ਦੀ ਦਾੜੀ ਵਾਹ ਕੇ ਚੰਗੀ ਤਰ੍ਹਾਂ ਫਿਰ ਢਾਠ ਹੀ ਬਣਦੇ ਆ ਬਾਪੂ ਦੇ ਬਈ ਮੈਂ ਅੱਖੀ ਵੇਖੀ ਆ ਇਹ ਗੱਲ ਜਦੋਂ ਬਾਪੂ ਦੇ ਸੁਰਮਾ ਪਾ ਕੇ ਅਤੇ ਚੰਗਾ ਤੇਲ ਲਾ ਕੇ ਢਾਠ ਹੀ ਬੰਨ੍ਹ ਕੇ ਜਦੋਂ ਵੇਖਿਆ
ਮੈਂ ਕਿਹਾ ਲੈ ਵੀ ਬੁੜਾ ਭੱਜੂਗਾ ਕਦੇ ਵੀ ਨਹੀਂ ਹਟਦਾ। ਇਹ ਕਰਦੇ ਆ ਸਾਡੇ ਲੋਕ ਬਾਪੂ ਦੀ ਸੇਵਾ। ਲੋ ਵੀਰੋ ਲਾਸਟ ਗੀਤ ਤੁਹਾਡੀ ਸੇਵਾ 'ਚ ਕਹਿਣ ਲੱਗਿਆ, ਫਿਰ ਸਾਡੇ ਪਿੰਡ ਵਾਲੇ ਲੋਕ ਇਕੱਠੇ ਹੋ ਕੇ ਫਿਰ ਗੱਲਾਂ ਕਰਦੇ ਆ ਅਤੇ ਫਿਰ ਬੈਠ ਕੇ ਪਤਾ ਕੀ ਕਹਿੰਦੇ ਆ ਵੀ ਬੁੜਾ ਬੜਾ ਚੰਗਾ ਸੀ ਬਈ, ਬਹੁਤ ਚੰਗਾ ਸੀਗਾ। ਇੱਕ ਮਾਈ ਕਹਿਣ ਲੱਗੀ ਵੀ ਐਂ ਕਰੋ ਆਹ ਪੜੋਤੇ ਦਾ ਹੱਥ ਲਵਾ ਦਿਉ, ਅਰਥੀ ਨੂੰ ਚੰਗਾ ਹੁੰਦਾ। ਮੈਂ ਕਿਹਾ ਕੀ ਗੱਲ? ਕਹਿੰਦੀ ਚੰਗਾ ਹੁੰਦਾ, ਪੜੋਤੇ ਵਾਲਾ ਹੋ ਕੇ ਮਰਿਆ ਸੀ। ਮੈਂ ਕਿਹਾ ਇਹ ਕੀ ਕਰੂੰ ਵਿਚਾਰਾ, ਉਹ ਪੁੱਤਨੇ ਨਾਲ ਪਾਣੀ ਦਿੱਤਾ, ਪੋਤੇ ਨਾਲ ਦਿੱਤਾ, ਆਹ ਪੜੋਤਾ ਕੀ ਕਰੂਗਾ ਵਿਚਾਰਾ, ਐਂ ਨਹੀਂ ਭਾਗਾਂ ਵਾਲਾ ਬਣਦਾ। ਫਿਰ ਸਾਡੇ ਲੋਕ ਉਹ ਸੱਥਰ 'ਤੇ ਬਹਿ ਕੇ ਫਿਰ ਵੱਡੇ ਵੱਡੇ ਗੱਪ ਮਾਰਦੇ ਆ, ਬੜਾ ਭਾਗਾਂ ਵਾਲਾ ਸੀ ਬਈ, ਇਹ ਤਾਂ ਪੋਤੇ ਪੜੋਤਿਆਂ ਵਾਲਾ ਹੋ ਕੇ ਮਰਿਆ, ਰੰਗ ਲੱਗਿਆ। ਕਿਉਂ ਪਿੰਡ ਵਾਲੇ ਨੇ ਜਲੇਬੀਆਂ ਖਾਣੀਆਂ ਹੁੰਦੀਆਂ। ਲਓ ਵੀਰ ਜੀ ਲਾਸਟ ਗੀਤ ਕਹਿਣ ਲੱਗਿਆ, ਤੁਹਾਡੀ ਸੇਵਾ ਦੇ ਵਿੱਚ ਧਿਆਨ ਦੇਣਾ ਜੀ। ਕਿਹੋ ਜਿਹੀ ਰੀਤ ਵੇਖੋ, ਕਿਹੋ ਜੇ ਵਿਹਾਰ ਸਾਡੇ, ਮਾਂ ਪਿਓ ਦੇ ਨਾਲ ਵੇਖੋ ਕਿਹੋ ਜੇ ਪਿਆਰ ਸਾਡੇ। ਕਿਹੋ ਜਿਹੀ ਰੀਤ ਵੇਖੋ, ਕਿਹੋ ਜੇ ਪਿਆਰ ਸਾਡੇ, ਮਾਂ ਪਿਓ ਦੇ ਨਾਲ ਵੇਖੋ ਕਿਹੋ ਜੇ ਪਿਆਰ ਸਾਡੇ। ਲੋਕੀ ਕਿਹੋ ਜਿਹੇ ਕਰਮ ਕਮਾਉਂਦੇ ਨੇ, ਕਿਹੋ ਜਿਹੇ ਕਰਮ ਕਮਾਉਂਦੇ ਨੇ, ਜਾਉਂਦੇ ਬਾਪੂ ਨੂੰ ਤਾਂ ਕੋਈ ਰੋਟੀ ਵੀ ਨਾ ਪੁੱਛੇ, ਮਰੇ ਹੋਏ ਤੋਂ ਜਲੇਬੀਆਂ ਪਕਾਉਂਦੇ ਨੇ। ਜਾਉਂਦੇ ਬਾਪੂ ਨੂੰ ਤਾਂ ਕੋਈ ਰੋਟੀ ਵੀ ਨਾ ਪੁੱਛੇ, ਮਰੇ ਹੋਏ ਤੋਂ ਜਲੇਬੀਆਂ ਪਕਾਉਂਦੇ ਨੇ। ਕਿਹੋ ਜਿਹੀ ਰੀਤ ਵੇਖੋ, ਕਿਹੋ ਜਿਹੇ ਵਿਹਾਰ ਸਾਡੇ। ਜਾਉਂਦੇ ਬਾਪੂ ਨੂੰ ਤਾਂ ਪੁੱਤ ਪਾਣੀ ਵੀ ਨਾ ਪਾਉਂਦੇ ਨੇ, ਮਰੇ ਹੋਈ ਨੂੰ ਉਹੀ ਪੁੱਤ ਚੁੱਕ ਕੇ ਨਵਾਉਂਦੇ ਨੇ। ਜਾਉਂਦੇ ਬਾਪੂ ਨੂੰ ਤਾਂ ਪੁੱਤ ਪਾਣੀ ਵੀ ਨਾ ਪਾਉਂਦੇ ਨੇ, ਮਰੇ ਹੋਈ ਨੂੰ ਉਹੀ ਪੁੱਤ ਚੁੱਕ ਕੇ ਨਵਾਉਂਦੇ ਨੇ। ਦੁੱਧ ਦੀ ਬਣਾ ਕੇ ਕੱਚੀ ਲੱਸੀ ਸਿਰ ਪਾਉਂਦੇ, ਖੂਬ ਚੰਗੀ ਤਰ੍ਹਾਂ ਉੱਤੇ ਸਾਬਣਾ ਕਸਾਉਂਦੇ, ਮਲ ਮਲ ਕੇ ਉਹ ਬੁੜੇ ਨੂੰ ਨਵਾਉਂਦੇ ਨੇ, ਬਾਪੂ ਦਾ ਇਸ਼ਨਾਨ ਕਰਾਉਂਦੇ ਨੇ। ਜਾਉਂਦੇ ਮਾਪਿਆਂ ਨੂੰ ਕੋਈ ਰੋਟੀ ਵੀ ਨਾ ਪੁੱਛੇ, ਮਰੇ ਹੋਏ ਤੋਂ ਜਲੇਬੀਆਂ ਪਕਾਉਂਦੇ ਨੇ। ਜਾਉਂਦੇ ਮਾਪਿਆਂ ਨੂੰ ਕੋਈ ਰੋਟੀ ਵੀ ਨਾ ਪੁੱਛੇ, ਮਰੇ ਹੋਏ ਤੋਂ ਜਲੇਬੀਆਂ ਪਕਾਉਂਦੇ ਨੇ। ਕਿਹੋ ਜਿਹੀ ਰੀਤ ਵੇਖੋ, ਕਿਹੋ ਜਿਹੇ ਵਿਹਾਰ ਸਾਡੇ। ਖੁੰਝ ਗਿਆ ਟਾਈਮ ਸੇਵਾ ਬਾਪੂ ਦੀ ਕਮਾਉਣ ਦਾ, ਹੁਣ ਕੀ ਹੈ ਫਾਇਦਾ ਇਸ ਮਿੱਟੀ ਨੂੰ ਨਵਾਉਣ ਦਾ।
ਖੁੰਝ ਗਿਆ ਟਾਈਮ ਸੇਵਾ ਬਾਪੂ ਦੀ ਕਮਾਉਣ ਦਾ, ਕੀ ਫਾਇਦਾ ਹੁਣ ਇਸ ਮਿੱਟੀ ਨੂੰ ਨਵਾਉਣ ਦਾ, ਹੁਣ ਕਿਹੜਾ ਬਾਪੂ ਭਲਾਂ ਦੇਊਗਾ ਅਸੀਸਾਂ, ਉੱਡ ਗਿਆ ਪੌਰ ਦੁਖੀ ਮਾਰਦਾ ਓਏ ਚੀਕਾਂ, ਬਾਪੂ ਕੋਲੋਂ ਭੁੱਲ ਵਖ ਸੌਂਦੇ ਨੇ, ਨੈਣਾਂ ਵਿੱਚੋਂ ਅਥਰੂ ਵਹਾਉਂਦੇ ਨੇ, ਜਿਉਂਦੇ ਬਾਪੂ ਨੂੰ ਤਾਂ ਕੋਈ ਰੋਟੀ ਵੀ ਨਾ ਪੁੱਛੇ, ਮਰੇ ਹੋਏ ਤੋਂ ਜਲੇਬੀਆਂ ਪਕਾਉਂਦੇ ਨੇ, ਜਿਉਂਦੇ ਮਾਪਿਆਂ ਨੂੰ ਕੋਈ ਰੋਟੀ ਵੀ ਨਾ ਪੁੱਛੇ, ਮਰੇ ਹੋਏ ਤੋਂ ਜਲੇਬੀਆਂ ਪਕਾਉਂਦੇ ਨੇ, ਕਿਹੋ ਜਿਹੀ ਰੀਤ ਵੇਖੋ ਕਿਹੋ ਜਿਹੇ ਵਿਹਾਰ ਸਾਡੇ, ਖਾਲੀ ਭਾਂਡਾ ਸੇਵਾ ਨਾਲ ਭਰ ਲੈ ਤੂੰ ਵੰਗੜਾ, ਜਿਉਂਦੇ ਮਾਪਿਆਂ ਦੀ ਸੇਵਾ ਕਰ ਲੈ ਤੂੰ ਵੰਗੜਾ, ਖਾਲੀ ਭਾਂਡਾ ਸੇਵਾ ਨਾਲ ਭਰ ਲੈ ਤੂੰ ਵੰਗੜਾ, ਜਿਉਂਦੇ ਮਾਪਿਆਂ ਦੀ ਸੇਵਾ ਕਰ ਲੈ ਤੂੰ ਵੰਗੜਾ, ਕਹਿੰਦਾ ਏ ਬਰੇਟਿਆਂ ਵਾਲਾ ਓਯੋ ਹੁੰਦੇ ਪੁੱਤ, ਜਿਹੜੇ ਮਾਂ ਬਾਪ ਦਾ ਵਡਾਉਂਦੇ ਹੋਣ ਦੁੱਖ, ਉੱਠ ਕੇ ਪੈਰਾਂ ਨੂੰ ਹੱਥ ਲਾਉਂਦੇ ਨੇ, ਮਾਪਿਆਂ ਦੀ ਸੇਵਾ ਜੋ ਕਮਾਉਂਦੇ ਨੇ, ਸਰਬਣ ਭਗਤ ਦੇ ਵਾਂਗੂ ਉਹੀ ਪੁੱਤ ਲੋਕੋ ਜੱਗ ਉੱਤੇ ਨਾ ਚਮਕਾਉਂਦੇ ਨੇ, ਸਰਬਣ ਭਗਤ ਦੇ ਵਾਂਗੂ ਉਹੀ ਪੁੱਤ ਲੋਕੋ ਜੱਗ ਉੱਤੇ ਨਾ ਚਮਕਾਉਂਦੇ ਨੇ, ਸਰਬਣ ਭਗਤ ਦੇ ਵਾਂਗੂ ਉਹੀ ਪੁੱਤ ਲੋਕੋ ਜੱਗ ਉੱਤੇ ਨਾ ਚਮਕਾਉਂਦੇ ਨੇ, ਜੱਗ ਉੱਤੇ ਨਾ ਚਮਕਾਉਂਦੇ ਨੇ, ਜੱਗ ਉੱਤੇ ਨਾ ਚਮਕਾਉਂਦੇ ਨੇ।